ਅਸਲਾਮ ਵਾਲੇਕਮ ਜੀ, ਸਭ ਦੋਸਤ ਠੀਕ ਠਾਕ ਹੋ ਜੀ? ਆ ਜੀ ਰੂਫੀ ਦੋਸਤ ਸਾਨੂੰ ਬੜੇ ਅਰਸੇ ਤੋਂ ਬਾਅਦ ਮਿਲ ਗਿਆ ਅੱਜ। ਤੁਹਾਨੂੰ ਯਾਦ ਹੋਵੇਗਾ ਪਹਿਲੀਆਂ ਵੀਡੀਓ ਦੇ ਵਿੱਚ ਵੀ ਰੂਫੀ ਦੋਸਤ ਤੁਹਾਨੂੰ ਦਿਖਾਇਆ ਸੀਗਾ, ਬੜਾ ਮਿਹਨਤੀ ਬੱਚਾ ਇਹ, ਬਹੁਤ ਬਹੁਤ ਮਿਹਨਤ ਕਰਦਾ ਦਿਨ ਰਾਤ ਜਨਾਬ। ਇਹਨੇ ਇੱਕ ਕੀਤਾ ਹੋਇਆ, ਇਹ ਦੇਖੋ ਹੈ, ਇਹ ਰੂਫੀ ਦੋਸਤ ਖਾਲਾ ਕੱਢ ਰਿਹਾ, ਨਾਲ ਇਹਨੇ ਦੋ ਆਪਣੇ ਪਤਰੇਰ ਵੀ ਲਿਆਂਦੇ ਹੋਏ ਆ। ਉਹ ਮੰਮੀ ਡੈਡੀ ਬੱਚੇ ਵਿਚਾਰੇ ਉਹਨਾਂ ਨੂੰ ਕਈ ਫੜਾ ਕੇ ਅਤੇ ਖਾਲੇ 'ਚ ਵਾੜਿਆ ਇਹਨੇ। ਇਹ ਉੱਕਾ ਵੇਖ ਜਾ, ਇਹਨੂੰ ਸ਼ਰਮ ਹੀ ਆਉਂਦੀ ਸੀ ਵੀ ਆਪ ਇਕੱਲਾ ਤੂੰ ਕੱਢ, ਇਹ ਕੀ ਕਰਨ ਦਿਆਂ ਹੁਣ। ਉਹ ਤਾਂ ਸਾਨੂੰ ਹੀ ਨਜ਼ਰ ਆਉਂਦਾ ਖਾਲ ਕੱਢਣ ਦੇ ਹੋ। ਲਓ ਜੀ ਰੂਫੀ ਸਾਹਿਬ ਜਨਾਬ ਇਹ ਖਾਲ ਕੱਢ ਰਹੇ ਆ, ਉੱਧਰੋਂ ਅੱਲਾ ਖੈਰ ਕਰੇ ਰੂਫੀ ਕੋਲ ਸਵੇਰ ਦਾ ਟਾਈਮ ਲੈ ਰਿਹਾ ਵੀ ਤੂੰ ਮਸ਼ੀਨ ਸਾਡੇ ਲੱਗਣੀ ਆ, ਪੱਸੇ ਲੱਗ ਗਏ ਸਾਡੇ, ਅੱਲਾ ਖੈਰ ਕਰਿਆ ਦੋ ਤਰੇ ਜਿਹੜੇ ਪੱਸੇ ਲੱਗੇ ਨੇ ਸਾਡੇ ਹੀ ਨੇ ਸਾਰੇ। ਅਤੇ ਸਵੇਰੇ ਰੂਫੀ ਸਾਹਿਬ ਕੋਲ ਟਾਈਮ ਲੈਣਾ ਆ ਮਸ਼ੀਨ ਵਾਸਤੇ, ਵੀ ਮਸ਼ੀਨ ਲੱਗਣੀ ਸਵੇਰੇ ਟਾਈਮ ਨਾ ਆ ਜਾਇਓ। ਹੁਣ ਦੇਖੋ ਪਤਾ ਲੱਗਦਾ ਟਾਈਮ ਦਿੰਦਾ ਕਿ ਨਹੀਂ ਦਿੰਦਾ। ਰੂਫਿਆ ਪਰਲੀ ਸਾਈਡ 'ਤੇ ਮਿੱਟੀ ਲਾ ਇੱਧਰ, ਹਾਂ ਅਤੇ ਹੈਂ ਬੰਨਾ ਸਹੀ ਕਰਾ ਦੇਣਾ ਬਾ, ਮਸ਼ੀਨ ਆਉਣੀ ਆ ਅੱਲਾ ਖੈਰ ਕਣਕ ਕਣਕ ਚੱਕ ਲਈ ਆ ਨਾ, ਐਕਸੀਵੇਟਰ ਲਵਾ ਕੇ ਬੰਨਾ ਸਾਰਾ ਸਿੱਧਾ ਕਰਾ ਦੇਣਾ। ਬੰਨਾ ਜਿੰਨਾ ਵੱਧ ਪਿਆ ਨਾ ਸਾਰਾ ਚੁਕਾ ਦੇਣਾ ਅਤੇ ਖਾਲਾ ਵੀ ਥੋੜ੍ਹਾ ਜਿਹਾ ਸੋੜਾ ਕਰਾ ਦੇਣਾ। ਇਹ ਦੇਖੋ ਇਹ ਖਾਲਾ ਕਿੱਡਾ ਚੋੜਿਆ ਪਟੜੀ ਹੋਈ ਹੋਈ ਜੀ, ਇਹ ਸਾਰੀ ਚੁਕਾ ਦੇਣੀ ਆ। ਹੋਰ ਰੂਫੀ ਸਾਹਿਬ ਕੰਮ ਸ਼ਾਮ ਦੀ ਸੁਣਾਓ ਅੱਜ ਕੱਲ੍ਹ? ਸਹੀ ਆ, ਹਿੰਮਤ ਮਾਰ ਲਓ ਹਿੰਮਤ, ਉਧਰੋਂ ਆਪਦ ਪਾਣੀ ਬੰਨਣ ਲੱਗਾ ਜੀ, ਅੱਗੇ ਨੂੰ ਲਿਆਉਣ ਲੱਗਾ ਆ। ਹੁਣ ਤਾਂ ਆਏਗਾ ਸਵੇਰੇ ਕਿ ਨਹੀਂ? ਇੱਕ ਉਹ ਜਨਾਬ ਸਾਡੀ ਮਸ਼ੀਨ ਲੱਗੀ ਹੋਈ ਹੈ ਅੱਲਾ ਖੈਰ ਕਰੇ, ਇਹ ਦੋ ਕੁ ਕਿੱਲਿਆਂ ਦੀ ਕਣਕ ਸੀ, ਇੱਕ ਸਾਡਾ ਮਜ਼ੇਰਾ ਹੀ ਹੈ, ਉਹਨੇ ਦੋ ਕੁ ਕਿੱਲੇ ਸਾਡੇ ਕੋਲ ਲੈ ਕੇ ਗੱਡੇ ਹੋਏ ਸੀਗੇ, ਉਹਦੀ ਮਸ਼ੀਨ ਅੱਜ ਲੱਗੀ ਹੋਈ ਹੈ ਉਹ ਸਾਹਮਣੇ। ਹੁਣ ਪੱਕਾ ਰਵੇ ਫੇ, ਚਲੋ ਠੀਕ ਹੋ ਗਿਆ। ਲਓ ਜੀ ਰੋਬ ਸਾਹਿਬ ਨੇ ਪੱਕਾ ਕਰ ਦਿੱਤਾ ਵੀ ਸਵੇਰੇ ਆਵਾਂਗੇ ਅੱਲਾ ਖੈਰ ਕਰੇ।